ਅਸੀਂ ਚੱਲੇ ਹਾਂ ਜੀ ਅੱਜ ਤੁਹਾਨੂੰ ਇੱਕ ਬੜਾ ਖੂਬਸੂਰਤ ਦਰਖਤ ਹੈ ਫੁੱਲਾਂ ਦਾ ਬਣਿਆ ਹੋਇਆ ਉਹ ਦਿਖਾਣ ਤੇ ਰੋਡ ਤੋਂ ਮੇ ਉਹ ਥੋੜਾ ਸਾਈਡ ਤੇ ਤੇ ਚਲੋ ਜਨਾਬ ਚੱਲਨੇ ਹਾਂ ਦਰਖਤ ਦੀ ਤਰਫ ਤੇ ਤੁਹਾਨੂੰ ਦਿਖਾਣੇ ਉਹ ਦਰਖਤ ਮਾਸ਼ਾਅੱਲਾ ਖੇਤਾਂ ਦੇ ਵਿੱਚ ਲੱਗਾ ਖੂਬਸੂਰਤ ਫੁੱਲਾ ਦਾ ਇੱਕ ਬਹੁਤ ਬੜਾ ਪੀੜ ਤੇ ਸਾਰੇ ਦੋਸਤਾਂ ਨੇ ਕਮੈਂਟ ਕਰਕੇ ਦੱਸਣਾ ਤਾਂ ਕਿ ਸਾਨੂੰ ਤੁਹਾਡੇ ਨੌਲੇਜ ਦਾ ਹੋ ਸਕੇ ilm ਕਿ ਇਹ ਜਿਹੜੇ ਪੀੜ ਨੇ ਇਹ ਕਿਹੜੇ ਫੁੱਲਾਂ ਦੇ ਪੀੜ ਨੇ ਤੇ ਜਲਦੀ ਜਲਦੀ ਜਨਾਬ ਆਪਣਾ ਕਮੈਂਟ ਕਰਕੇ ਤੇ ਦੱਸੋ ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਠੀਕ ਹੋ ਮੇਰੇ ਜਾਂਦੇ ਟਟਿਓ ਮੈਂ ਜਨਾਬ ਤੁਹਾਡਾ ਦੋਸਤ ਸੁਲਤਾਨ ਸ਼ੇਖ ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ ਤੇ ਪਿੰਡ ਜਨਾਬ ਪੂਰਬ ਕਲੇਰ ਤੇ ਤੁਸੀਂ ਵੇਖਣ ਦਿਓ ਮੇਰਾ YouTube ਚੈਨਲ ਔਰ Facebook ਪੇਜ ਆਪਣਾ ਪੰਜਾਬੀ ਵਲਾਗ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਛੋਟਾ ਜਿਹਾ ਇੱਕ ਕੰਮ ਕਰ ਲਓ ਜਿਹੜੇ ਦੋਸਤਾਂ ਨੇ ਹੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਅੱਛਾ ਤਾਂ ਕਿ ਅਸੀਂ ਵੀਡੀਓ ਜਿਹੜੀ ਨਾ ਤੁਹਾਡੇ ਤੱਕ ਬਾਰ ਬਾਰਕਤ ਪਹੁੰਚਾਉਂਦੇ ਰਹੀਏ ਮੈਂ ਜਨਾਬ ਆਇਆ ਵਾਂ ਭਾਗਵਰ ਰੋਡ ਦੇ ਉੱਪਰ ਤੇ ਇੱਕ ਬੜਾ ਖੂਬਸੂਰਤ ਇੱਥੇ ਸਾਨੂੰ ਏ ਦਰਖਤ ਮਿਲਿਆ ਤੇ ਦੂਰੋਂ ਬੜਾ ਖੂਬਸੂਰਤ ਜਿਹੜਾ ਸੀ ਨਾ ਇਹ ਲੱਗ ਰਿਹਾ ਸੀ ਤੇ ਸੋਚਿਆ ਜਨਾਬ ਤੁਹਾਨੂੰ ਇਹ ਪੁੱਛੀਏ ਕਿ ਦੱਸੋ ਇਹ ਦਰਖਤ ਕਾਦਾ ਵੇ ਕਿਸ ਏ ਚੀਜ਼ ਦਾ ਦਰਖਤ ਹੈ ਇਹਨੂੰ ਫੁੱਲੀ ਫੁੱਲ ਮਾਸ਼ਾਅੱਲਾ ਜਿਹੜੇ ਨੇ ਨਾ ਉਹ ਲੱਗੇ ਹੋਏ ਨੇ ਤੇ ਤੁਹਾਨੂੰ ਜਨਾਬ ਇਹ ਦਿਖਾਣਾ ਤੇ ਐਸੋ ਪਹਿਲਾਂ ਤੁਹਾਨੂੰ ਦੱਸ ਦੇ ਕਿ ਮੈਂ ਮੇਰੇ ਨਾਲ ਨੇ ਮਤੀਨ ਭਾਈ ਤੇ ਇਸ طرف ਨੇ ਖੜੇ ਮਤੀਨ ਭਾਈ ਤੇ ਉਹਨਾਂ ਨੂੰ ਪੁੱਛਨੇ ਆ ਗੈਸ ਕਰਨੇ ਆ ਕਿ ਇਹ ਪੌਦਾ ਕਾਦਾ ਹੈ ਕਾਦਾ ਵੇ ਦਰਖਤ ਕਾਦਾ ਹੈ ਮਦੀਨ ਸਾਹਿਬ ਦੋਸਤਾਂ ਨੂੰ ਦੱਸੋ ਕਿ ਇਹ ਜਨਾਬ ਕਾਦਾ ਜਿਹੜਾ ਨਾ ਇਹ ਬੂਟਾ ਲੱਗਾ ਵੇ ਡਾਕਟਰ ਸਾਹਿਬ ਇਹ ਤੇ ਤੁਹਾਡੇ ਵਿਊਰਸ ਦੱਸਣਗੇ ਇਹਨੂੰ ਗੈਸ ਕਰਨਗੇ ਕਿ ਇਹ ਕਿਹੜਾ ਪੌਦਾ ਹੈ ਸਾਨੂੰ ਆਈਡੀਆ ਨਹੀਂ ਆਂਦੇ ਆ ਤੇ ਬੜੇ ਜਨਾਬ شدت ਜਿਹੜੀ ਹੈ ਨਾ ਉਹ ਗਰਮੀ ਦੀ ਹੋ ਗਈ ਹੈ। ਹਮਾਰੇ ਆ ਐਸਾ ਹੀ ਹੁੰਦਾ ਹੈ। ਅ ਅੱਜ 28ਵਾਂ ਜਿਹੜਾ ਨਾ ਉਹ ਰੋਜ਼ਾ ਚੱਲ ਰਿਹਾ ਹੈ। ਤੇ ਆਏ ਹਾਂ ਜ਼ਰਾ ਘੁਮਣ ਫੇਰਨ ਬਾਹਰ ਕੋ ਕਮਸ ਕਮਸ ਇਹ ਵੀਡੀਓ ਜਿਹੜੀ ਨਾ ਅਸੀਂ ਆਪਣੇ ਵਿਊਅਰਜ਼ ਵਾਸਤੇ ਬਣਾ ਰਹੇ ਆ ਤਾਂ ਕਿ ਉਹ ਸਾਨੂੰ ਦੱਸਣ ਕਿ ਇਹ ਪੌਦਾ ਕਾਦਾ ਹੈ ਕਿਉਂਕਿ ਅਸੀਂ ਤੇ ਹਰ ਚੀਜ਼ ਅਸੀਂ ਦੱਸਨੇ ਆ ਪਹਿਲੇ ਡਾਕਟਰ ਸਾਹਿਬ ਹਾਂਜੀ ਹਾਂਜੀ ਸਾਰੇ ਔਰ ਵੀਰ ਸਾਨੂੰ ਵੇਖਣ ਵਾਲੇ ਦੱਸਣਗੇ ਕਿ ਇਹ ਪੌਦਾ ਕਾਦਾ ਹੈ ਅਸੀਂ ਜੀ ਪੁੱਛਿਆ ਸੀ ਇੱਥੇ ਅਸੀਂ ਸ਼ੁਕਰ ਕਰਾਂਗੇ ਉਸ ਵੀਵਰਸ ਦਾ ਜਿਹੜਾ ਸਹੀ ਆਨਸਰ ਦੇਗਾ ਜਿਹੜਾ ਸਾਨੂੰ ਦੱਸੇਗਾ ਕਿ ਇਹ ਪੌਦਾ ਕਾਦਾ ਹੈ ਅਸੀਂ ਜੀ ਪੌਦਾ ਸ਼ੁਕਰੀਆ ਦਾ ਕਰਾਂਗੇ ਸਪੈਸ਼ਲ ਅਸੀਂ ਪੁੱਛਿਆ ਸੀ ਬਾਹਰ ਇੱਕ ਦੋ ਬੰਦੇ ਨੇ ਤੇ ਉਹਨਾਂ ਸਾਨੂੰ ਦਾ ਨਾਮ ਦੱਸਿਆ ਸੀ ਲੇਕਿਨ ਅਸੀਂ ਚਾਹਨੇ ਆ ਕਿ ਤੁਸੀਂ ਦੱਸੋ ਕਿ ਇਹ ਕਾਦਾ ਤੁਹਾਨੂੰ ਦਿਖਾਣਾ ਸਾਹਮਣੇ ਤੋਂ ਇਹ ਜਨਾਬ ਦਾ ਇਹ ਪੀੜ ਇਹ ਇਹ ਜਨਾਬ ਇਹਦੇ ਨਾਲ ਜਿਹੜੇ ਫੁੱਲ ਲੱਗੇ ਨੇ ਤੇ ਨਾਲ ਬੀਜ ਵੀ ਜਿਹੜੇ ਨੇ ਨਾ ਉਹ ਵੀ ਲੱਗੇ ਨੇ ਤੁਹਾਨੂੰ ਦਿਖਾਣੇ ਇਹਨਾਂ ਦੇ ਬੀਜ ਵੀ ਐ ਜਨਾਬ ਮਾਸ਼ਾਅੱਲਾ ਅਸਾ ਤੋੜੇ ਨੇ ਇਹਦੇ ਫੁੱਲ ਤੇ ਇਹਦੇ ਵਿੱਚ ਜਿਹੜੇ ਬੀਜ ਨੇ ਨਾ ਉਹ ਤੁਹਾਨੂੰ ਹੁਣ ਦਿਖਾਣੇ ਬੀਜ ਨਹੀਂ ਨਿਕਲਣ ਦੇ ਲੇਕਿਨ ਗਲਾਬਹਾਰ ਜਿਹੜੇ ਫੁੱਲ ਨੇ ਨਾ ਛੋਟੇ ਛੋਟੇ ਉਹ ਇਹਨਾਂ ਦੇ ਵਿੱਚੋਂ ਫੁੱਟਣ ਦੇ ਨੇ ਇਹ ਦੇਖਿਓ ਐ ਜਨਾਬ ਅਸੀਂ ਇਹਨੂੰ ਲਗਿਆਂ ਖੋਲਣ ਤੇ ਇਸ ਤਰ੍ਹਾਂ ਜਿਹਾ ਕਲੀ ਬਣੀ ਦੀ ਤੇ ਕਲੀ ਹਾਰੀ ਨੇ ਜਨਾਬ ਖਿਲਣਾ ਤੇ ਇਹ ਇਹਦੇ ਨਾਲ ਬੀਜ ਨੇ ਤੇ ਤੁਸੀਂ ਜਨਾਬ ਕਮੈਂਟ ਕਰਕੇ ਦੱਸਣਾਵੇਂ ਕਿ ਐ ਪੌਦਾ ਕਾਦਾ ਏ ਐ ਲਿਲੀ ਦਾ ਏ ਜਾਂ ਕੋਈ ਹੋਰ ਏ ਸਾਨੂੰ ਤੇ ਪਤਾ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਐ ਦਰਹ ਜਿਹੜਾ ਪੇੜ ਲੱਗਿਆ ਐ ਕਿਸ ਚੀਜ਼ ਦਾ ਲੱਗਿਆ ਐ ਇਹ ਤਕਰੀਬਨ 4-5 ਜਿਹੜੇ ਪੇੜ ਨੇ ਨਾ 1 2 3 4 5 ਐ ਦੋਰੋਂ ਇੰਨੇ ਕਰ ਖੂਬਸੂਰਤ ਲੱਗਣ ੜੇ ਨੇ ਕਿ ਅਸੀਂ ਮਜਬੂਰ ਹੋ ਗਏ ਸਮਝ ਰਹੇ ਹੋ ਸਮਝ ਰਹੇ ਆ ਸਮਝ ਰਹੇ ਹੋ ਨਾ ਹਾਂ ਟਰਨ ਹੋਣ ਤੇ ਕਿ ਇਸ ਦਰਖਤ ਦੇ ਜਿਹੜੇ ਨਾਲ ਅੱਜ ਵੀਡੀਓ ਬਣਾਣੀ ਕਿਉਂਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਹੜੀ ਹੈ ਨਾ ਇਹ ਇੱਕ ਨਵੀਂ ਚੀਜ਼ ਜਿਹੜੀ ਹੈ ਉਹ ਦੇਖੀ ਹੈ ਤੇ ਆਉ ਮਤੀਨ ਭਾਈ ਅੱਗੇ ਦੋਸਤਾਂ ਨੂੰ ਦਿਖਾਈਏ ਤੇ ਜਿਹੜੀ ਤੰਬਾਕੂ ਦੀ ਫਸਲ ਲੱਗੀ ਹੈ ਨਾ ਉਹ ਵੀ ਇਹਨਾਂ ਨੂੰ ਦਿਖਾਈਏ ਕਿ ਲੋਕਾਂ ਨੇ ਤੇ ਤੰਬਾਕੂ ਵੀ ਲਗਾਇਆ ਹੋਵੇ ਸਾਡੇ ਜਨਾਬ ਹੁਣ ਪਿੱਛੇ ਲੱਗਾ ਨਾਲ ਤੰਬਾਕੂ ਦਰਖਤ ਤੁਹਾਨੂੰ ਪੁੱਛ ਲੈਣ ਤੇ ਦੇਖਣ ਜੀ ਤੰਬਾਕੂ ਦੀ ਕੀ ਸੂਰਤ ਹੈ ਹਾਲ ਇਹ ਜਿਹੜਾ ਲੱਗਾ ਤੇ ਤੰਬਾਕੂ ਦੇ ਵਿੱਚ ਨਾਲ ਲਾਇਆ ਪਿਆਜ਼ ਤੇ ਆਓ ਜੀ ਤੁਹਾਨੂੰ ਦਿਖਾਈਏ ਮਤੀਨ ਭਾਈ ਚਲੋ ਉਹੀ ਨਾ ਇੱਥੇ ਜਨਾਬ ਕੋ ਪੁੱਛੇ ਕਿਧਰ ਆਏ ਮੋਂ ਚੋਕੇ ਹੈ ਤੇ ਅਸੀਂ ਚੱਲੇ ਆਂ ਜੀ ਤੰਬਾਕੂ ਵਾਲ ਤੇ ਦੇਖ ਨੇ ਤੰਬਾਕੂ ਦੀ ਸੂਰਤ ਆਲ ਇਹ ਜੀ ਤੰਬਾਕੂ ਦਾ ਜਿਹੜਾ ਨਾ ਪੌਦਾ ਹੈ ਤੇ ਬੜੇ ਬੜੇ ਜਿਹੜੇ ਨੇ ਨਾ ਦੇ ਹਾਥੀ ਦੇ ਜਿਸ ਦਾ ਕੰਨ ਹੁੰਦੇ ਨਾ ਉਸਰਾ ਦੇ ਪੱਤੇ ਨੇ ਔਰ ਤਕਰੀਬਨ ਇੱਕ ਕਨਾਲ ਦੇ ਵਿੱਚ ਜਿਹੜੀ ਇਹਨੇ ਫਸਲ ਇਹ ਲਗਾਈਏ ਤੇ ਨਾਲ ਇਹ ਪਿਆਜ਼ ਇਹ ਜੀ ਪਿਆਜ਼ ਕਿਆ ਬਾਤ ਹੈ ਜੀ ਇਹ ਦੇਸੀ ਪਿਆਰ ਪੁਲਖਰਾਜ ਨੂੰ ਕਹਿੰਦੇ ਨੇ ਅਸੀਂ ਫੇਰ ਜੇ ਇਹਦੇ ਵਿੱਚ ਲਗਾ ਦਿੱਤਾ ਮਦੀਨ ਸਾਹਿਬ ਕਿਹਦਾ ਲੱਗਾ ਜਨਬ ਤੁਹਾਨੂੰ ਇਹ ਤੰਬਾਕੂ ਦੇਖ ਕੇ ਔਰ ਜਿਹੜੀ ਫਸਲ ਲਾਈਏ ਨਾਲ ਪਿਆਜ਼ ਦੇ ਤੇ ਬੜਾ ਅੱਛਾ ਕੰਮ ਹੈ ਇਹਦੇ ਨਾਲ ਆਵੇ ਕਿ ਚਲੋ ਘਰ ਦੀ ਜਿਹੜੀ ਹੈ ਨਾ ਇਹ ਮਸਾਲਾ ਹੋ ਜਾਂਦਾ ਵੇ ਕਿਉਂਕਿ ਪਿਆਜ਼ ਨੇ ਤੇ ਇਸ ਵੇਲੇ ਲੋਕਾਂ ਦੀ ਮੱਤ ਮਾਰੀ ਹੈ ਪਿਆਜ਼ ਨੇ ਲਸਣ ਨੇ ਹਰ ਜਿਹੜੀ ਖਰਦੋਨਾਂ ਵਿੱਚ ਦੇ ਅਸ਼ਿਆ ਵੇ ਉਹਦੇ ਤੇ ਰੇਟ ਹੀ ਬੜੇ ਅਸਮਾਨਾਂ ਦੇ ਉੱਤੇ ਨੇ ਇਹ ਕੋਈ ਤੁਸੀਂ ਵੀ ਰਿਕੁਐਸਟ ਕਰ ਦਿਓ ਹਕੂਮਤ ਅੱਗੇ ਕਿ ਜਨਾਬ ਜਰਾ ਪਿਆਜ਼ ਦੇ ਰੇਟ ਨਾ ਚੀਜ਼ਾਂ ਦੇ ਜਿਹੜੀ ਖੁਰਦੋਨੋਸ਼ ਦੀ ਹਸ਼ਿਆ ਨੇ ਨਾ ਦਾ ਰੇਟ ਜਰਾ ਰੀਜ਼ਨੇਬਲ ਜਿਹੜੇ ਨਾ ਉਹ ਰੱਖੋ ਤਾਂ ਕਿ ਆਮ ਬੰਦਾ ਵੀ ਜਿਹੜਾ ਹੈ ਨਾ ਖਾ ਸਕੇ ਰਮਜ਼ਾਨ ਦਾ ਐਂਡ ਹੀ ਰੱਖ ਸਾਹਿਬ ਹਰ ਵੀ ਚੀਜ਼ ਦੇ ਰੇਟ ਡੇ ਡਬਲ ਹੋ ਗਏ ਨੇ ਬਾਕੀ ਆਪਕੇ ਪਿਆਜ਼ ਦੀ ਵਾਲੇ ਪਿਆਜ਼ ਮੁਕਾਮੀ ਤੌਰ ਤੇ ਤੁਸੀਂ ਵੇਖ ਹੀ ਲਿਆ ਕਿ ਸਟਾਰਟ ਹੋ ਰਿਹਾ ਹੈ ਜਸੀ ਦੀ ਫਸਲ ਆ ਜਾਣੀ ਹੋਰ ਥੋੜੇ ਦਿਨਾਂ ਤੱਕ ਬਾਜ਼ਾਰ 'ਚ ਮੈਂ ਥੱਲੇ ਆਈਏਗਾ ਦਸਕੀ ਵਾਲੀ ਸਾਈਡ ਤੇ ਗਿਆ ਸੀ ਅਗਲੇ ਦਿਨ ਤੇ ਉਧਰ ਜਨਾਬ ਤਕਰੀਬਨ ਕੋ 8 10 ਕਿਲੋ ਦੇ ਵਿੱਚ ਜਿਹੜਾ ਨ ਐਪਲ ਖਰਾ ਪਿਆਜ਼ ਜਿਹੜਾ ਨਾ ਮੈਂ ਲਾਲ ਪਿਆਜ਼ ਜਿਹਨੂੰ ਕਹਿੰਦੇ ਨੇ ਐਵੇਂ ਲਗਾ ਵੇਖਿਆ ਤੇ ਮਾਸ਼ਾਅੱਲਾ ਐ ਡੜਾ ਮੋਟਾ ਦਾ ਜਿਹੜਾ ਗੰਡਾ ਹੈ ਨਾ ਉਹ ਹੋ ਗਿਆ ਸਹੀ ਯਾਰ ਸਾਡੇ ਦੇ ਇੱਥੇ ਕੋਈ ਸੁਰਤਿ ਹਾਲ ਨਹੀਂ ਚੈੱਕ ਇਨ ਬੈਲੈਂਸ ਸਾਨੂੰ ਨਜ਼ਰ ਨਹੀਂ ਆਂਦਾ ਨਹੀਂ ਨਹੀਂ ਬਿਹਤਰੀਨ ਸਿਸਟਮ ਹੈ ਵੇਖੋ ਨਾ ਜ਼ਮੀਦਾਰ ਨੇ ਇਹਨੇ ਆਪਣੇ ਘਰ ਵਾਸਤੇ ਲਾਇਆ ਦਾ ਜ਼ਰੂਰੀਅਤ ਤੇ ਜ਼ਿੰਦਗੀ ਪੂਰੀ ਹੋਈ ਜਾਂਦੀ ਹੈ ਉਹ ਜੀ ਤਕਰੀਬਨ ਜਿੰਨਾ ਕਰਨਾ ਲਗਾਇਆ ਹੈ ਨਾ ਇਹ ਦੇਖ ਸਕਦੇ ਹੋ ਜੀ ਇਹ ਇਨਾਂ ਵਾਸਤੇ ਤਕਰੀਬਨ ਇਹ ਕਾਫੀ ਹੈ ਦੀਨ ਭਾਈ ਕਿਹਦਾ ਲੱਗਿਆ ਜੀ ਇਧਰ ਤੁਹਾਨੂੰ ਆ ਕੇ ਸੈਰ ਕਰਕੇ ਬੜਾ ਖੁਸ਼ਗਵਾਰ ਹੈ ਹਰਤ ਹੋਈ ਰੱਖ ਸਾਹਿਬ ਇਹਦੇ ਕੁਝ ਹੀ ਨਵੀਆਂ ਵੇਖਿਆ ਜਿਸ ਤਰ੍ਹਾਂ ਪ੍ਰੋਦਾ ਔਰ ਚੀਜ਼ਾਂ ਆਏ ਸਾਡੇ ਵਸ ਨਵੀਆਂ ਸਨ ਰੋਡ ਦੀ ਤੋਂ ਆਂਦੇ ਬੜਾ ਇੱਕ ਅੱਛਾ ਵਿਊ ਮਿਲਦਾ ਹੈ ਪਾ ਵੇਖਣ ਨੂੰ ਤੇ ਤਜੱਸ ਸੀ ਕਿ ਇਹਨੂੰ ਕੋਲੋਂ ਜਾ ਕੇ ਵੇਖੀ ਤੇ ਅੱਜ ਵੇਖਿਆ ਏ ਬੜਾ ਅੱਛਾ ਲੱਗਾ ਏ ਮਾਫੀ ਹੁਣ ਵੇਖਣ ਆਏ ਇਹਦੇ ਬਾਰੇ ਚ ਤੁਹਾਡੇ ਜਿਹੜੇ ਵੀਅਰਸ ਨੇ ਉਹ ਕੀ ਦੱਸਦੇ ਨੇ ਇਨਸ਼ਾ ਅੱਲਾ ਜੇ ਸਾਡੇ ਜਿਹੜੇ ਚੈਨ ਵਾਲੇ ਨੇ ਸਾਨੂੰ ਵੇਖਣ ਵਾਲੇ ਨੇ ਉਹ ਇਨਸ਼ਾ ਅੱਲਾ ਚਾਰਸਪੌਂਸ ਦੇਣਦੇ ਔਰ ਗੈਸ ਜ਼ਰੂਰ ਕਰਨਦੇ ਕਿ ਇਹ ਜਿਹੜੇ ਪੇੜ ਲੱਗੇ ਨੇ ਇਹ ਕਾਦੇ ਲੱਗੇ ਨੇ ਪਤਾ ਚਾਹਦੇ ਤੁਹਾਡੇ ਈਵਰਜ਼ ਆ ਕਿ ਉਹ ਕਿੰਨਾ ਕੁ ਤੁਹਾਡੀ ਵੀਡੀਓ ਨੂੰ ਘੌਰ ਨਾਲ ਵੇਖਦੇ ਨੇ ਔਰ ਨੌਲੇਜ ਕਿੰਨਾ ਕਰਦੇ ਮੈਂ ਕਹਿੰਦਾ ਜੀ ਬੜਾ ਵਸੀਹ ਨਾਲ ਜਿਹਨਾਂ ਦਾ ਅੱਲਾ ਨਾਲੋਂ ਜ਼ਿੰਦਗੀ ਦੇ ਹਜਾਤੀ ਦੇ ਤੇ ਇਹਦੇ ਨਾਲੇ ਜੀ ਮੇਰੇ ਅੱਜ ਦੀ ਵੀਡੀਓ ਹੋ ਗਈ ਮੁਕੰਮਲ ਅਗਰ ਵੀਡੀਓ ਚੰਗੇ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤੇ ਜਿਹੜੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬਾਰਿਸ਼ ਕਰ ਦੋ ਸਾਰੇ ਦੋਸਤ ਸਾਰੇ ਵੀਰ ਸਬਸਕ੍ਰਾਈਬਾਂ